बहुत वधिया इज्जत मान करना चाहिए बहुत वधिया। लो जी आप जा रहे अज अमृतसर 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 साहिब राजा संसी एयरपोर्ट करी कर मुझे गल जी थां चंगे चाचे नो कोई हां हां करा दे जी पर लोड आ गया लेना मुझे 500 ₹500 ले लिए यार शक भाई आ गया सुल्तानपुर वाला रोड देख लो हकीकतां दे होश उड़ गए नूर सो मेरा नहीं फोन आया चंगे भले पहुंचे काम करो आप चलो महीने च अकल अज नहीं तेरे सामने ही फोन कहता मैं देना नहीं जमाई मेरा पंगा पै गया मलवारी जी मैं बैठा रहा भरावा घंटा डेढ़ घंटा ओ मेनू सदे ना दूजे आन ओने आया कि टूरिस्ट जो एवं ही होना वा जो कोई गल बात ना भी मतलब भरावा मैं वेखी जावा जेड़ा आवे मिनटो मिनट करा के आपदा निकली जान सारे जन मैं हार के नू पै गया मैं गया यार की चक्कर की है मैं तेन ये दस पहला मैं तू चाहना की मैं तेन गलत बोला कुछ
ਫੇਰ ਮਿੰਟੋ ਮਿੰਟ ਤੂੰ ਫਾਰਮ ਜਾਂ ਥੱਲੋਂ ਭਰਾ ਕੇ ਲੈ ਗਿਆ ਸੀ? ਆਹੋ ਥੱਲੋਂ ਉਹਨਾਂ ਨੇ ਦਿੱਤਾ ਸੀ ਓਦਾਂ ਹੀ ਕਾਗਜ਼ ਜਿਹਾ ਬਾਹਰ ਮਾੜਾ ਜਿਹਾ ਨਾਂ ਨੂੰ ਲਿਖਤਾ ਸੀ ਮੋਬਾਈਲ ਨੰਬਰ ਮਾਰਾ ਸਿੱਧਾ ਤਾਂ ਹੀ ਵੱਜਿਆ। ਅੱਛਾ ਮੈਂ ਤਾਂ ਫਾਰਮ ਨਹੀਂ ਲੈ ਗਿਆ, ਮੈਂ ਤਾਂ ਇੱਥੇ ਦੇ ਦੇ ਵਿੱਚ ਹੀ ਭਰ ਲੈਣਾ। ਉੱਥੇ ਹੀ ਭਰ ਕੇ ਆ ਗਈ ਦਿੱਤੀ ਨਾਲ ਪੈਸੇ ਦਿੱਤੇ ਤੇ 15 ਮਿੰਟ 'ਚ ਵਾਰੀ ਆ ਗਈ, 5-6 ਜਣੇ ਸੀ ਮੇਰੇ ਕੋਲ। ਭੈਣ ਚੋ ਦਾ 1.5 ਸਾਲ 'ਚ ਪਤਾ ਨਹੀਂ ਕਿੰਨੇ ਕਰੋਨਾ ਟੈਸਟ ਹੋ ਗਏ ਮੇਰੇ, ਕਿਤੇ ਬਾਰਡਰ ਤੇ ਕਿਤੇ ਕੱਤੇ ਕਿਤੇ ਕੱਤੇ, ਮੇਰੇ ਹਿਸਾਬ ਨਾਲ 10-15 ਹੋ ਗਏ। ਬਾਰਕੋਡ ਸਕੈਨ ਹੋਣਾ ਚਾਹੀਦਾ, ਕਹਿੰਦਾ ਮੇਰੀ ਗਰੰਟੀ 1 ਨੰਬਰ ਬੋਲ ਮੇਨ ਬਾਰਕੋਡ ਦੀ ਰੋਲਾ। ਇਹਦਾ ਐਡਾ ਰੋਲਾ ਹੈ ਵੀ ਨਹੀਂ ਇੱਥੇ, ਇਹ ਤਾਂ ਆਪਾਂ ਨੂੰ ਸਿਰਫ ਐਂਟਰੀ ਵਾਸਤੇ ਚਾਹੀਦਾ ਹੁੰਦਾ, ਆਪਾਂ ਐਂਟਰ ਕਰਕੇ ਉਦੋਂ ਦੂਜਾ ਆ ਜਾਣਾ, ਕੋਈ ਲੋੜ ਨਹੀਂ ਇਹਦਾ ਕੀ ਚੱਲ ਰਹਿ ਨਹੀਂ ਜਾਂਦਾ, ਚੱਕਰ ਮਿਲਦਾ ਹੀ ਉਹਨੂੰ ਆ, ਬਾਅਦ ਚ ਉਹਨੂੰ ਹੀ ਵੇਖਣਾ ਸਾਰਿਆਂ ਨੇ ਏਅਰਪੋਰਟ ਵਾਲੇ ਨੂੰ, ਦੂਜੇ ਨੂੰ ਕੋਈ ਨਹੀਂ ਮਿਲਦਾ। ਹਾਂ ਹਾਂ ਉਦੋਂ ਹੀ ਘੰਟੇ ਡੇਢ ਘੰਟੇ RT-PCR ਕਹਿੰਦੇ, ਆਹ ਵੀ RT-PCR ਹੀ ਹੁੰਦਾ ਜਿਹੜਾ ਕਰਾਇਆ ਆਪਾਂ। ਹੁਣ ਰੌਲਾ ਵੀ ਪਿਆ ਨਾ ਲੈਬ ਲੂਬ ਚੱਕਦੇ ਅੰਦਰੋਂ, ਜਿੱਦੇ ਇਟਲੀ ਵਾਲਾ ਦਾ ਰੌਲਾ ਪਿਆ ਵਾ, ਡਾਕਟਰਾਂ ਡੂਕਟਰਾਂ ਤੇ ਕੇਸ ਹੋ ਗਿਆ ਵਾ। ਆਹੋ ਉਹਦਾ ਹੋਣਾ ਹੀ ਆ, ਪਤਾ ਨਹੀਂ ਕਰਦੇ ਵੀ ਕਿ ਨਹੀਂ ਹੁਣ ਅੰਦਰ। ਉਹਦਾ ਫਿਰ ਉਧਰੋਂ ਸਰਕਾਰ ਨੂੰ ਵੀ ਜਵਾਬ ਦੇਣਾ ਪੈਂਦਾ ਨਾ, 132 ਗੜ ਤੇ ਵੀ ਮਤਲਬ ਆਏ ਉਹ ਸਾਰੇ ਇਟਲੀ ਤੋਂ ਆਏ ਆ, 132 ਸਰਕਾਰ ਸਟੈਂਡ ਲੈਂਦੀ ਆ ਆਪਦੇ ਬੰਦਿਆਂ ਪਿੱਛੇ, ਸਾਰੇ ਦਾ PR ਨੇ ਉਹ, ਆਪਦੀ ਨਗਰ ਆਪਦੇ ਨਾਗਰਿਕਾਂ ਪਿੱਛੇ ਅਗਲਿਆਂ ਨੇ ਸਟੈਂਡ ਲੈਣਾ ਹੀ ਆ। ਫਿਰ ਦੇਸ਼ ਨੂੰ ਬਦਨਾਮ ਪਤਾ ਕਿੰਨਾ ਹੁੰਦਾ, ਫਿਰ ਅੱਗੇ ਵੀ ਇਟਲੀ ਦਾ ਹੀ ਰੌਲਾ ਪਿਆ ਸੀ ਉਦੋਂ ਜਦੋਂ ਬਾਬਾ ਕਿਹੜਾ ਆਇਆ ਸੀ ਸਿੱਧੂ ਮੂਸੇ ਵਾਲੇ ਨੇ ਗਾਣਾ ਗਾਇਆ ਸੀਗਾ, ਦਿੱਕਤ ਆਉਂਦੀ ਆ ਨਾ ਫਿਰ, ਇਸ ਕਰਕੇ ਸਰਕਾਰ ਸਟੈਂਡ ਲੈਂਦੀ ਆ। ਰੋਡ ਜਿਹਾ ਕੱਢ ਕੇ ਬਹੁਤ ਵਧੀਆ ਕੀਤਾ ਇਹਨਾਂ ਨੇ ਬਾਹਰੋਂ ਬਾਹਰ ਫਤਿਹਗੜ੍ਹ ਸਭਰਾ ਤਰਨ ਤਾਰਨ। ਇੱਧਰ ਹੁਣ ਟੋਲ ਵੀ ਚੱਲ ਪਏ ਹੋਏ, ਟੋਲ ਵੀ ਮੈਂ ਟੋਲ ਚੱਲ ਪਏ ਹੋਏ ਧਰਮਕੋਟ ਦਾ ਆ ਵੀ ਗਾਇਕ ਸਾਡੇ ਹਿਸਾਬ ਨਾਲ।
अपने वज गया भैन बंपर बाद बदलाया था झिड़ी को चंडगढ़ दिल्ली आ निका जा सूर बज गया थलड़े बने भन गया सारा आवाज उड्या मेरी गड्डी मूहे गड्डी चो आई बंदा उड्या सऊदी चो भैन चो उ खड़ा दिया मैं सत्ते अगले दिन तुरे पर जी ना करे तौर ट्राला मोड़ता यूनिट यूनिट गा लंघ गई पिछले ट्राले जे गड्डी ऐ सीधी जांदी सी किते ओहदे विच वज गई ओने वेख्या नहीं किते मोड़न लगे ने जां किदां वी ओने उत्तों दी ट्राला कट्टिया हुण पता नहीं इन्हां दी गलती आ जां उन्हां दी गलती आ जेड़े दूजे मुंडे विच होर मुंडे ही उन्होंने कहे के मतलब किदा कईआं दी लत्त लुत्त जे वो टुटी आ बाकीआं दा बचा इहदा बचा ही हो गया मतलब शरीर ही ओदा टुटिया टकिया वा